ਕਿਥੋਂ ਆਏ ਹੋ? ਜੀਰੇ ਤੋਂ। ਜੀਰੇ ਤੋਂ? ਜੀਰੇ ਤੋਂ। ਕਿੰਨੇ ਟਾਈਮ ਤੋਂ ਤਰੰਗ ਸੀ ਜੀ? 30 ਸਾਲ ਤੋਂ। ਉਹ ਕੋਈ ਚੱਲੋ ਤਾਂ ਕੋਈ ਗੱਲ ਨੀ। ਹੁਣ ਉਂਗਲਾਂ ਹੱਲਣ ਲੱਗ ਗਈ ਆਪਣੀ ਦਵਾਈ ਨਾਲ? ਉਂਗਲਾਂ ਹੱਲਣ ਲੱਗ ਗਈਆਂ। ਚਲੋ ਠੀਕ ਹੈ, ਹੁਣ ਤੁਹਾਨੂੰ ਆਪਣੇ ਆਪ ਨੂੰ ਲੱਗਦਾ ਵੀ ਫਰਕ ਪੈ ਗਿਆ? ਫਰਕ ਪੈ ਗਿਆ। ਚਲੋ ਸਿੱਧਾ ਕਰਦੀ। ਚਲੋ ਹੁਣ ਠੀਕ ਹੈ ਨਾ? ਕਿੰਨੇ ਪੈਸੇ ਫਰਕ ਲੱਗਦਾ ਤੁਹਾਨੂੰ ਵੀ? ਕਿੰਨੇ ਪਰਸੈਂਟ ਫਰਕ ਪੈ ਗਿਆ ਜੀ? ਨਹੀਂ ਪਹਿਲਾਂ ਨੂੰ ਜੀ, 30 ਸਾਲ ਟਾਈਮ ਤਾਂ ਦੇਖੋ ਲੱਗੂਗਾ। ਮਹੀਨੇ ਚ ਫਰਕ ਪੈ ਗਿਆ ਪਤਾ ਵੀ ਕਿੰਨੇ ਕੁ ਪੈਸੇ ਫਰਕ ਲੱਗਦਾ ਤੁਹਾਨੂੰ ਆਪਦੇ ਆਪ ਨੂੰ? ਅੱਛਾ, ਉੱਪਰ ਠੰਡਾ ਰਹਿੰਦਾ ਹੋਣਾ ਜੀ। ਚਲੋ ਹੁਣ 30-40% ਮੰਨ ਲਈ, 30-40 ਪੈਸੇ ਫਰਕ ਪੈ ਗਿਆ ਤੁਹਾਨੂੰ। ਚਲੋ ਠੀਕ ਹੈ, ਦਵਾਈ ਕੰਟੀਨਿਊ ਰੱਖਿਓ। ਠੀਕ ਹੈ ਬਈ, ਠੀਕ ਹੋ ਜਾਣਗੇ, ਜਮਾ ਠੀਕ ਹੋ ਜਾਣਗੇ। ਮਤਲਬ 30 ਸਾਲ ਦਾ ਦਰੰਗ ਹੈ, ਥੋੜਾ ਟਾਈਮ ਤਾਂ ਲੱਗੂਗਾ ਦੇਖੋ ਹਨਾ। ਇੰਨਾ ਕੁ ਠੀਕ ਹੋ ਗਏ ਤਾਂ ਬਾਕੀ ਵੀ ਠੀਕ ਹੋ ਜਾਓਗੇ। ਮੈਂ ਦਵਾਈ ਨੀ ਛੱਡਣੀ ਪਰ ਠੀਕ ਹੈ, ਚਲਾਈ ਰੱਖਿਓ। ਜੋ ਪਰਹੇਜ਼ ਦੱਸਣੇ ਉਹ ਰੱਖਣੇ ਨੇ।